ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਸੀਡੀਐਸ ਰਾਵਤ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ, 17 ਤੋਪਾਂ ਦੀ ਦਿੱਤੀ ਸਲਾਮੀ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸਰਹੱਦੀ ਸੂਬੇ 'ਚ ਸਿਫਾਰਸ਼ੀ ਅਫਸਰਾਂ ਨੂੰ ਨਿਯੁਕਤ ਕਰਨਾ ਸੁਰੱਖਿਆ ਨਾਲ ਵੱਡਾ ਖਿਲਵਾੜ। ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਨੇ ਹਥਿਆਰਾਂ ਸਮੇਤ ਕੀਤਾ ਲੁਟੇਰਾ ਗਿਰੋਹ ਕਾਬੂ। ਲੁਧਿਆਣਾ 'ਚ ਵੱਡੀ ਲੁੱਟ, ਫੈਕਟਰੀ ਮਾਲਕ ਤੋਂ ਲੁਟੇਰਿਆਂ ਨੇ ਲੁੱਟੇ ਲੱਖਾਂ ਰੁਪਏ। ਅਤੇ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਦੂਜੀ ਲਿਸਟ, ਕੁੰਵਰ ਵਿਜੇ ਪ੍ਰਤਾਪ ਸਮੇਤ 30 ਉਮੀਦਵਾਰਾਂ ਦਾ ਐਲਾਨ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਸੀਡੀਐਸ ਜਨਰਲ ਬਿਪਿਨ ਰਾਵਤ ਦਾ ਬਰਾੜ ਚੌਂਕ ਸ਼ਮਸ਼ਾਨ ਘਾਟ ਵਿੱਚ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਨੂੰ ਇਸ ਤੋਂ ਪਹਿਲਾਂ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਉਹਨਾਂ ਦੀ ਚਿਖਾ ਨੂੰ ਉਹਨਾਂ ਦੀਆਂ ਧੀਆਂ ਨੇ ਅਗਨੀ ਵਿਖਾਈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਮਧੁਲਿਕਾ ਰਾਵਤ ਦੀਆਂ ਮ੍ਰਿਤਕ ਦੇਹਾਂ 'ਤੇ ਫੁੱਲ ਮਲਾਵਾਂ ਭੇਂਟ ਕੀਤੀਆਂ। ਸੰਸਕਾਰ ਤੋਂ ਪਹਿਲਾਂ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ 'ਤੇ ਰੱਖਿਆ ਗਿਆ ਸੀ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਅਤੇ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਗਜ਼ੈਂਡਰ ਐਲਿਸ ਅਤੇ ਹੋਰ ਨੇਤਾਵਾਂ ਨੇ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੀ ਸ਼ਰਧਾਂਜਲੀਆਂ ਦੇਣ ਵਾਲਿਆਂ ਵਿੱਚ ਸ਼ਾਮਲ ਸਨ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇੱਕ ਕੈਬਨਿਟ ਮੰਤਰੀ ਵੱਲੋਂ ਗ੍ਰਹਿ ਮੰਤਰੀ 'ਤੇ ਕਰੋੜਾਂ ਰੁਪਏ ਲੈ ਕੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿੱਚ ਯੋਗ ਅਫਸਰਾਂ ਦੀ ਥਾਂ ਸਿਫਾਰਸ਼ੀ ਅਫਸਰਾਂ ਨੂੰ ਨਿਯੁਕਤ ਕਰਨਾ ਸੂਬੇ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ। ਮਜੀਠੀਆ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਬਹੁਤ ਜਲਦ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਚੋਣ ਜ਼ਾਬਤਾ ਲੱਗਣ 'ਤੇ ਭਾਰਤ ਦੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਵੀ ਮਾਮਲਾ ਲਿਆਂਦਾ ਜਾਵੇਗਾ। ਦਰਅਸਲ ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹਨਾਂ 'ਤੇ ਪੈਸੇ ਲੈ ਕੇ SSP ਅਤੇ DSP ਤੈਨਾਤ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਰੰਧਾਵਾ ਅਤੇ ਰਾਣਾ ਗੁਰਜੀਤ ਆਹਮੋ ਸਾਹਮਣੇ ਹੋ ਗਏ। ਦੋਵਾਂ ਨੂੰ CM ਚੰਨੀ ਨੇ ਸ਼ਾਂਤ ਕੀਤਾ। ਇਸ ਤੋਂ ਬਾਅਦ ਦੋਵੇਂ ਗੁੱਸੇ ਨਾਲ ਉੱਥੋਂ ਚਲੇ ਗਏ। ਦੇਰ ਰਾਤ ਮੁੱਖ ਮੰਤਰੀ ਨੇ ਦੋਵਾਂ ਵਿੱਚ ਸੁਲਾਹ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ। ਉੱਥੇ ਹੀ ਵਿਰੋਧੀਆਂ ਵੱਲੋਂ ਇਸ ਮਾਮਲੇ 'ਤੇ ਵੱਡੇ ਦੋਸ਼ ਲਗਾਏ ਜਾ ਰਹੇ ਹਨ। DSPs ਦੀ ਟ੍ਰਾਂਸਫਰ ਨੂੰ ਲੈ ਕੇ ਉਸ ਵੀ ਇੱਕ ਬਾਰਡਰ ਸਟੇਟ 'ਚ ਜਿੱਥੇ ਹਮੇਸ਼ਾ ਪਾਕਿਸਤਾਨ ਗੜਬੜ ਕਰਨ ਦੀ ਹਰ ਤਰੀਕੇ ਦੀ ਕੋਸ਼ਿਸ਼ ਕਰਦਾ ਰਹਿੰਦਾ, ਉੱਥੇ ਇਲਜ਼ਾਮ ਕੌਣ ਲਾ ਰਿਹਾ? ਕੈਸ਼ ਫੋਰ ਟ੍ਰਾਂਸਫਰਸ ਦੀ, ਕਿੱਕ ਬੈਕਸ ਦੀ, ਇੱਕ ਕੈਬਨਿਟ ਮਿਨਿਸਟਰ, ਮਤਲਬ ਕਿ ਦ ਸੀਨੀਅਰ ਮੋਸਟ ਰੈਂਕਿੰਗ ਜਿਹੜੇ ਸਰਕਾਰ ਦੇ ਲੋਕ ਨੇ, 18 ਬੰਦੇ ਨੇ, ਉਹ ਇੱਕ ਕੈਬਨਿਟ ਮਿਨਿਸਟਰ ਹੋਮ ਮਿਨਿਸਟਰ ਤੇ ਇਹ ਆਰੋਪ ਲਾ ਰਿਹਾ ਕਿ ਜਿਹੜੇ SSPs, SPs, DSPs ਇਸ ਬਾਰਡਰ ਸਟੇਟ ਤੇ ਲੱਗ ਰਹੇ ਆ, ਉਹ ਪੈਸੇ ਦਾ ਲੈਣ ਦੇਣ ਹੋ ਰਿਹਾ, ਪੈਸੇ ਹੋਮ ਮਿਨਿਸਟਰ ਕੋਲ ਜਾ ਰਹੇ ਔਰ ਫਿਰ ਇਹ ਟ੍ਰਾਂਸਫਰਸ ਹੋ ਰਹੀਆਂ ਨੇ। ਇਹ ਐਲੀਗੇਸ਼ਨ ਕੋਈ ਸਧਾਰਨ ਬੰਦਾ ਲਾਉਂਦਾ, ਕੋਈ ਆਪੋਜੀਸ਼ਨ ਦਾ ਮੈਂਬਰ ਲਾਉਂਦਾ ਤੇ ਕਹਿੰਦੇ ਰਾਜਨੀਤੀ ਹੈ। ਭਾਵੇਂ ਹੁਣ ਵੀ ਇਹਨਾਂ ਨੇ ਰੰਗਤ ਇਹੀ ਦੇਣ ਦੀ ਕੋਸ਼ਿਸ਼ ਕਰਨੀ ਹੈ, ਮਗਰ ਮੈਂ ਮੀਡੀਆ ਨੂੰ, ਤੁਹਾਨੂੰ, ਕਿਉਂਕਿ ਤੁਸੀਂ ਵੀ ਲੋਕਤੰਤਰ ਦਾ ਚੌਥਾ ਪਾਵਾ ਔਰ ਤੁਹਾਡੀ ਵੀ ਜ਼ਿੰਮੇਵਾਰੀਆਂ ਨੇ ਫੋਰ ਦ ਸਿਕਿਉਰਿਟੀ ਐਂਡ ਸੇਫਟੀ ਆਫ ਆਰ ਸਿਟੀਜ਼ਨਸ, ਇਸ ਨੂੰ ਧਿਆਨ 'ਚ ਰੱਖਦਿਆਂ ਜੋ ਕੱਲ੍ਹ ਰੌਲਾ ਪਿਆ ਕੈਬਨਿਟ 'ਚ ਕਿ ਕਿਵੇਂ ਹੋਮ ਮਿਨਿਸਟਰ ਤੇ ਸਿੱਧੇ ਆਰੋਪ ਲੱਗਣ ਲੱਗੇ ਕਿ ਇਹਨੇ ਪੈਸੇ ਲੈ ਕੇ ਬਦਲੀਆਂ ਕੀਤੀਆਂ ਨੇ ਔਰ ਕਰੋੜਾਂ ਰੁਪਈਆ, ਇੱਥੋਂ ਕੰਮ ਚੱਲਿਆ ਕਿ ਛੋਟੇ ਜ਼ਿਲ੍ਹੇ ਲਈ 2 ਤੋਂ 3 ਕਰੋੜ ਔਰ ਵੱਡੇ ਜ਼ਿਲ੍ਹਿਆਂ ਲਈ 5 ਕਰੋੜ ਤੱਕ ਦੀ ਆਵਾਜ਼ ਆਈ ਔਰ ਇਹ ਗੱਲਾਂ ਪਹਿਲਾਂ ਵੀ ਆ ਰਹੀਆਂ ਸੀ ਜਦੋਂ ਕਈ CPs ਦੀ ਅਪੁਆਇੰਟਮੈਂਟਸ ਹੋਈਆਂ ਨੇ ਔਰ ਆਈ ਡੋਂਟ ਨੀਡ ਟੂ ਟੈਲ ਕਿ ਇਹ ਐਲੀਗੇਸ਼ਨਸ ਕਿਹਨੇ ਲਾਈਆਂ ਸੀ। ਅੱਜ ਭਾਵੇਂ ਮੁੱਕਰਦੇ ਫਿਰਨ ਮਗਰ ਇਹ ਐਲੀਗੇਸ਼ਨ ਰਾਣਾ ਗੁਰਜੀਤ ਨੇ ਸਿੱਧੇ ਲਾਈਆਂ ਹੋਮ ਮਿਨਿਸਟਰ ਸੁਖਜਿੰਦਰ ਰੰਧਾਵਾ ਨੇ, ਜਿਹ 'ਚ ਇਹ ਵੀ ਪਤਾ ਲੱਗਿਆ ਕਿ ਰੰਧਾਵਾ ਸਾਹਿਬ ਨੇ ਫਿਰ ਬੜਾ ਵੱਡਾ ਡਰਾਮਾ ਕੀਤਾ ਉੱਥੇ, ਕਹਿੰਦੇ ਕੁਰਸੀ ਵੀ ਟੁੱਟ ਗਈ, ਕਲਮ ਵੀ ਛਿੱਟਿਆ, ਬਹੁਤ ਡਰਾਮਾ ਕੀਤਾ, ਉੱਚੀਆਂ ਉੱਚੀਆਂ ਆਵਾਜ਼ਾਂ ਆਈਆਂ ਔਰ ਤੁਸੀਂ ਚੀਫ ਮਿਨਿਸਟਰ ਸਾਹਿਬ ਦੀ ਅਨਾੜੀਪਨ ਕਹਿ ਲਓ, ਕਵਰ ਅਪ ਕਹਿ ਲਓ, ਮਤਲਬ ਗੱਲ ਨੂੰ ਕਿੱਡਾ ਬੇਸਮਝੀ ਕਹਿ ਲਓ
कि कहते जी सारे अफसर बाहर हो जाओ, दरवाजे बंद कर दो कि बाहर रौला ना जाए। मतलब कि एडी सीरियस एलिगेशन इन द कैबिनेट मीटिंग अ मिनिस्टर इज मेकिंग टू द होम मिनिस्टर अगेंस्ट द होम मिनिस्टर। चीफ मिनिस्टर शुड हैव कॉल्ड एंड ऑर्डर्ड एन इंडिपेंडेंट इंक्वायरी कि यार एक तो खतरनाक ते सीरियस गल की हो सकती है कि कैबिनेट की मीटिंग च एक साथी वजीर एडे सीरियस एलीगेशन आ रहा और इनक्वायरी मार्क करने की जगह कवर अप शुरू करता। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਆਏ ਦਿਨ ਲੁੱਟਖੋਹ ਸਨੈਚਿੰਗ ਦੀਆਂ ਵਾਰਦਾਤਾਂ ਹੋਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਪੁਲਿਸ ਦੀ ਕਿਰਕਿਰੀ ਲਗਾਤਾਰ ਹੋ ਰਹੀ ਸੀ। ਪਰੰਤੂ ਅੱਜ CIA ਸਟਾਫ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਜਿੱਥੇ ਉਹਨਾਂ ਦੇ ਮਨਸੂਬਿਆਂ ਨੂੰ ਫੇਲ ਕੀਤਾ, ਉੱਥੇ ਹੀ ਇਸ ਕਾਮਯਾਬੀ ਨੇ ਪੁਲਿਸ ਦੀ ਹੋ ਰਹੀ ਕਿਰਕਿਰੀ ਤੋਂ ਵੀ ਉਹਨਾਂ ਨੂੰ ਨਿਜਾਤ ਦਵਾਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਸ ਤੋਂ ਪਹਿਲਾਂ ਕਿ ਇਹ ਵਾਰਦਾਤ ਨੂੰ ਅੰਜਾਮ ਦਿੰਦੇ CIA ਸਟਾਫ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ, ਜਿਸ ਤੋਂ ਬਾਅਦ 5 ਦੋਸ਼ੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ। SPD ਨੂੰ ਵੀ ਕੁਛ ਬੰਦੇ ਜਿਹੜੇ ਹੈਗੇ ਆ ਪੁਰਾਣੇ ਕ੍ਰਿਮੀਨਲ ਹੈਗੇ ਆ ਅਤੇ ਇਹ ਕੋਈ ਲੁੱਟਖੋਹ ਦੀ ਵਾਰਦਾਤ ਕਰ ਸਕਦੇ ਆ, ਜਿਹਨਾਂ ਨੂੰ ਕੱਲ੍ਹ ਹੀ CIA ਦੀ ਟੀਮ ਨੇ ਟਰੈਪ ਲਗਾ ਕੇ ਫਿਰੋਜ਼ਪੁਰ ਮੋਗਾ ਰੋਡ ਤੋਂ ਇਹਨਾਂ ਨੂੰ 5 ਬੰਦਿਆਂ ਨੂੰ ਉੱਥੋਂ ਅਰੈਸਟ ਕੀਤਾ ਸੀਗਾ। 5 ਦੇ ਜਿਹੜੇ ਨਾਮ ਇੱਕ ਥੋਮਸ, ਪਵਨਪ੍ਰੀਤ, ਸਿਮਰਨਜੀਤ, ਲੱਖਣ ਅਤੇ ਮੌਂਟੀ। ਇਹਨਾਂ 5 ਕੋਲੋਂ ਸਾਨੂੰ 5 ਵੈਪਨ ਮਿਲੇ ਨੇ, ਜਿਹਨਾਂ 'ਚ ਕਿ 3 .30 ਦੇ ਨੇ, ਇੱਕ 9mm ਦਾ ਅਤੇ ਇੱਕ 32 ਦਾ। 12 ਇਹਨਾਂ ਕੋਲੋਂ ਰੌਂਦ ਮਿਲੇ ਨੇ। ਉਸ ਤੋਂ ਸਿਵਾ 2 ਇਹਨਾਂ ਕੋਲੋਂ ਕਾਰਾਂ ਮਿਲੀਆਂ ਨੇ, ਇੱਕ ਸਵਿਫਟ ਡਿਜ਼ਾਇਰ ਅਤੇ ਇੱਕ ਸ਼ੈਵਰਲੇ ਬੀਟ। ਸਰ ਪਿਛਲਾ ਰਿਕਾਰਡ ਇਹਨਾਂ ਦਾ ਜਿਹੜਾ ਪਿਛਲਾ ਲਗਭਗ 5 ਬੰਦੇ ਜਿਹੜੇ ਅਸੀਂ ਅਰੈਸਟ ਕਰੇ ਉਹਨਾਂ 'ਚੋਂ 4 ਤਾਂ ਅਸੀਂ ਜੋ ਦੇਖ ਰਹੇ ਹਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ, ਜਿਵੇਂ ਥੋਮਸ ਅਤੇ NDPS ਦਾ ਮੁਕੱਦਮਾ ਦਰਜ ਹੈ, 1.5 ਕਿਲੋ ਹੈਰੋਇਨ 'ਚ ਇਹ ਅਰੈਸਟ ਹੋਇਆ ਸੀ ਪਹਿਲਾਂ। ਸਿਮਰਨਜੀਤ ਸਿੰਘ ਹੈਗਾ, ਉਹਦੇ 'ਤੇ ਸਨੈਚਿੰਗ ਅਤੇ NDPS ਦੇ ਮੁਕੱਦਮੇ ਹੈ। ਪਵਨ ਹੈ, ਉਹਦੇ 'ਤੇ ਵੀ ਲੜਾਈ ਝਗੜਾ ਅਤੇ NDPS ਦਾ ਪਰਚਾ ਹੈ। ਲੱਖਣ ਹੈ ਜਿਹੜਾ, ਉਹਦੇ 'ਤੇ NDPS ਤੋਂ ਸਿਵਾ 1 ਮਰਡਰ ਅਤੇ 2 ਅਟੈਂਪਟ ਟੂ ਮਰਡਰ ਦੇ, ਕੁੱਲ 4 ਮੁਕੱਦਮੇ ਉਹਦੇ 'ਤੇ ਦਰਜ। ਸਰ ਪਿਛਲੇ ਦਿਨਾਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਸੀ ਕਿ? ਸਾਨੂੰ ਜੋ ਹੁਣ ਤੱਕ ਪਤਾ ਲੱਗਿਆ ਇਹ ਕੋਈ ਪੈਟਰੋਲ ਪੰਪ ਜਾਂ ਬੈਂਕ ਲੁੱਟਣ ਦੀ ਫਿਰਾਕ 'ਚ ਇਹ ਇੱਥੇ ਸੀਗੇ, ਮੌਕਾ ਲੱਭ ਰਹੇ ਸੀ ਵੀ ਜਿਹਨਾਂ ਨੂੰ ਮਿਲੇ ਤਾਂ ਉਹਨਾਂ ਨੂੰ ਲੁੱਟ ਹੋ ਗਈ। ਇਸ ਪਿਛਲੇ ਨਾਲ ਪਹਿਲਾਂ ਤੋਂ ਵੀ ਕੋਈ ਇਹਨਾਂ ਨੇ ਵਾਰਦਾਤਾਂ ਕੀਤੀਆਂ? ਉਹ ਦੇਖਣਾ ਪੈਣਾ, ਇਹਨਾਂ ਨੇ ਪਹਿਲਾਂ ਵੀ ਜਿੰਨੇ ਕ੍ਰਾਈਮ ਕੀਤੇ ਹੈਗੇ ਆ ਜਾਂ ਕੋਈ ਸਨੈਚਿੰਗ 'ਚ ਵੀ ਇਨਵੋਲਵਡ ਹੈ, ਮਰਡਰ 'ਚ ਵੀ ਇਨਵੋਲਵਡ ਨੇ, ਵੀ ਉਹਨਾਂ 'ਚ ਇਹ ਪਿਸਟਲ ਕਿਤੇ ਯੂਜ਼ ਹੋਏ ਕਿ ਨਹੀਂ ਹੋਏ। ਸਰ ਇੱਕ ਲੱਖਣ ਜਿਹੜਾ ਉਹ ਵਾਂਟਿਡ ਸੀ ਪੁਲਿਸ ਨੂੰ ਪਹਿਲਾਂ ਅਰੈਸਟ ਨਹੀਂ ਸੀ, ਉਹਦੇ ਤੇ ਪਹਿਲਾਂ ਮਰਡਰ ਵੀ ਹੈ, ਕੀ ਇਹ ਵੈਪਨ ਨੂੰ ਆਪਾਂ ਉਹਦੇ ਨਾਲ ਜੋੜ ਸਕਦੇ ਕੋਈ ਉਹਦੇ ਕੋਲ? ਦੇਖਣਾ, ਮੈਂ ਉਹੀ ਕਹਿ ਰਿਹਾ ਨਾ ਜੀ, ਉਹ ਦੇਖਣਾ ਪੈਣਾ ਵੀ ਉਹ ਮਰਡਰ ਕਿਸ ਤਰ੍ਹਾਂ ਹੋਇਆ, ਵੈਪਨ ਨਾਲ ਹੋਇਆ, ਕਿਹਦੇ ਨਾਲ ਹੋਇਆ ਅਤੇ ਕੀ ਇਹੀ ਵੈਪਨ ਯੂਜ਼ਡ ਸੀਗੇ ਉਹਦੇ ਨਾਲ ਕਿ ਨਹੀਂ, ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਸਰ ਅਸੀਂ BSF ਹਾਂਜੀ, ਲੱਖਣ ਦੇ ਜੀ ਮਰਡਰ ਹੈਗਾ 72 ਮੁਕੱਦਮਾ ਹੈਗਾ 2021 ਦਾ, ਥਾਣਾ ਸਦਰ ਦਾ, ਸਦਰ ਫਿਰੋਜ਼ਪੁਰ। BSF ਦੇ ਅਸੀਂ ਰਿਕਵਰੀ ਮੋਸਟਲੀ ਦੇਖਦੇ ਸੀ ਨਾ ਜੀ, ਹਾਂ, ਉਹਦੇ ਨਾਲ ਮੋਸਟਲੀ ਆ ਜਿਹੜੇ ਸਟਾਰ ਵਾਲੇ ਵੈਪਨ ਨੇ ਸਾਰੇ ਪਾਕਿਸਤਾਨ ਤੋਂ ਹੀ ਆਉਂਦੇ ਹੁੰਦੇ ਸੀ। ਲੁਧਿਆਣਾ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ ਫੈਕਟਰੀ ਮਾਲਕ ਤੋਂ 10 ਲੱਖ ਤੋਂ ਵੱਧ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਦੀ ਘਟਨਾ CCTV ਵਿੱਚ ਕੈਦ ਹੋ ਗਈ। ਲੁਧਿਆਣਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਇੰਡਸਟਰੀ ਏਰੀਆ ਵਿੱਚ ਇੱਕ ਫੈਕਟਰੀ ਮਾਲਕ ਜਦੋਂ ਸਵੇਰੇ 8:30 ਦੇ ਕਰੀਬ ਆਪਣੀ ਫੈਕਟਰੀ 'ਚ ਆਇਆ ਤਾਂ ਗੇਟ ਨੇੜੇ 2 ਮੋਟਰਸਾਈਕਲਾਂ 'ਤੇ ਸਵਾਰ 6 ਵਿਅਕਤੀਆਂ ਨੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਨਕਦੀ ਦੇ ਨਾਲ 2 ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਫੈਕਟਰੀ ਦੇ ਨੇੜੇ ਲੱਗੇ CCTV ਕੈਮਰੇ ਦੇ ਵਿੱਚ ਰਿਕਾਰਡ ਹੋ ਗਈ, ਜਦਕਿ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੌਕੇ 'ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮੈਂ ਆਪਣੀ ਕਾਰ ਦੇ ਵਿੱਚ ਸਮਝੋ ਘਰੋਂ ਚੱਲਿਆ ਅਤੇ 8:28:29 ਦੇ ਕਰੀਬ ਮੇਰੀ ਕਾਰ ਬਾਹਰ ਆਈ ਹੈ, ਡਰਾਈਵਰ ਮੇਰਾ ਕਾਰ ਚਲਾ ਰਿਹਾ ਸੀ, ਮੈਂ ਪਿੱਛੇ ਸੀ, ਉਹਦੇ ਵਿੱਚ ਸਾਡੀ ਫੈਕਟਰੀ ਚਾਬੀਆਂ, ਦੁਪਹਿਰ ਦਾ ਲੰਚ ਵਗੈਰਾ ਪਿਆ ਹੁੰਦਾ, ਬਾਦਲ ਨੇ ਬਾਸਕਿਟਸ ਕੱਢੀਆਂ, ਬਾਦਲ ਅੰਦਰ ਆ ਗਿਆ, ਮੈਂ ਬੈਗ ਲੈ ਕੇ ਉਤਰ ਗਿਆ। ਉਤਰਨ ਤੋਂ ਬਾਅਦ ਮੈਂ ਗੇਟ ਦੇ ਅੰਦਰ ਐਂਟਰ ਕੀਤੇ, ਜਸਟ ਮੈਂ 5-7-10 ਕਦਮ ਹੀ ਅੰਦਰ ਗਿਆ ਹੋਣਾ, ਮੈਂ ਇੱਕਦਮ ਬੇਹੋਸ਼ ਹੋ ਕੇ ਗਿਰ ਗਿਆ, ਮੈਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ। ਇਹ ਗੱਲ ਹੈਗੀ 8:30 ਦੇ ਕਰੀਬ, 8 ਜੋ ਕੈਮਰਾ ਦੱਸਦਾ ਪਿਆ, ਕੈਮਰੇ ਹਿਸਾਬ ਨਾਲ 8:30-30-32 ਦੀ ਗੱਲ ਹੈ। ਉਹ 6 ਬੰਦੇ ਦੇਖੇ ਜੀ ਅਸੀਂ, 2 ਬਾਈਕਾਂ 'ਤੇ 6 ਬੰਦੇ ਸੀ। ਕੈਸ਼ ਮੇਰਾ ਸੀਗਾ ਜੀ 9:15 ਤੋਂ ਲੈ ਕੇ 9:30 ਦੇ ਕਰੀਬ, ਮੇਰੇ 2 ਮੋਬਾਈਲ ਸੀਗੇ, 2 ਲੱਖ ਰੁਪਏ ਦੇ। ਪੁਲਿਸ ਪੂਰਾ ਸਹਿਯੋਗ ਦੇ ਰਹੀ ਜੀ, ਸਾਡੇ ਨਾਲ ਪੂਰਾ ਸਹਿਯੋਗ ਦੇ ਰਹੀ ਹੈ, ਸਾਡੇ ਸਾਹਮਣੇ ਬਹੁਤ ਜੀ ਸ਼ਹਿਰ ਦੇ ਮਾਲਕ ਨੇ ਫੋਨ ਕੀਤਾ, ਸਾਰਾ ਸਟਾਫ ਆ ਚੁੱਕਾ ਪੁਲਿਸ। ਇਹ ਜੀ ਖੋਹ ਦਾ ਮੈਟਰ ਹੈਗਾ, ਸ਼ਿਵ ਖੋਹ ਦੀ ਫੈਕਟਰੀ ਹੈਗੀ ਹੈ ਲੋਕਲ ਆਦਿ ਰੋਡ 'ਤੇ,
ਕੋਈ ਇਹਨਾਂ ਦੇ ਆਪਣੇ ਨੇ ਕੋਈ ਇਹੋ ਜਿਹੀ ਸਾਹਮਣੇ ਆਈ ਸੀ ਗੱਲ ਇਨਵੈਸਟੀਗੇਸ਼ਨ ਉਪਰੰਤ ਹੀ ਕਲੀਅਰ ਕਰ ਸਕਦੇ ਹਾਂ ਜੇ ਅਸੀਂ ਸਾਰੇ ਫੈਕਟਸ ਕਿੰਨੇ ਦੀ ਲੁੱਟ ਹੋਈ ਮੈਮ ਤੁਹਾਨੂੰ ਦੱਸ ਦਿੰਦੇ ਤੁਹਾਨੂੰ ਸਾਰੇ ਫੈਕਟਸ ਜਿਹੜੇ ਹੈਗੇ ਨੇ ਅਸੀਂ ਕਲੀਅਰ ਕਰਦੇ ਕੁਛ ਰਾਉਂਡ ਫਿਗਰ ਤਾਂ ਹੋਊਗੀ ਮੈਮ ਜਿੰਨਾ ਜੋ ਰਿਪੋਰਟਡ ਹੈ 8 ਤੋਂ 10 ਲੱਖ ਰਿਪੋਰਟਡ ਹੈ 8 ਤੋਂ 10 ਲੱਖ ਠੀਕ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰਦੇ ਹੋਏ 30 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਵੱਲੋਂ ਹੁਣ ਤੱਕ 40 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਹਿਲੀ ਲਿਸਟ ਵਿੱਚ 10 ਉਮੀਦਵਾਰ ਐਲਾਨੇ ਗਏ ਸਨ ਇਸ ਸੂਚੀ ਵਿੱਚ ਸਭ ਤੋਂ ਅਹਿਮ ਨਾਂ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਲਿਸਟ ਮੁਤਾਬਕ ਖਰੜ ਹਲਕੇ ਤੋਂ ਅਨਮੋਲ ਗਗਨ ਮਾਨ ਪਠਾਨਕੋਟ ਤੋਂ ਵਿਭੂਤੀ ਸ਼ਰਮਾ ਗੁਰਦਾਸਪੁਰ ਤੋਂ ਰਮਨ ਬਹਿਲ ਦੀਨਾਨਗਰ ਤੋਂ ਸ਼ਮਸ਼ੇਰ ਸਿੰਘ ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ ਬਟਾਲਾ ਤੋਂ ਸ਼ੈਰੀ ਕਲਸੀ ਫਤਿਹਗੜ੍ਹ ਸਾਹਿਬ ਤੋਂ ਬਲਬੀਰ ਸਿੰਘ ਪੰਨੂ ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਆਦਿ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਜਿੱਥੇ ਅੱਜ ਦਿੱਲੀ ਕਿਸਾਨੀ ਅੰਦੋਲਨ ਫਤਿਹ ਕਰਕੇ ਘਰਾਂ ਨੂੰ ਵਾਪਸ ਆਉਣਾ ਸੀ ਉੱਥੇ ਹੀ ਅੰਮ੍ਰਿਤਸਰ ਦੇ ਘਾਨੂਪੁਰ ਛੇਹਰਟਾ ਦੇ ਇੱਕ ਕਿਸਾਨ ਮਨਜੀਤ ਸਿੰਘ ਨੂੰ ਖੁਸ਼ੀ ਖੁਸ਼ੀ ਘਰ ਆਉਣਾ ਵੀ ਨਸੀਬ ਨਹੀਂ ਹੋਇਆ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਿਸਾਨ ਮਨਜੀਤ ਸਿੰਘ ਦੀ ਦਿੱਲੀ ਕੁੰਡਲੀ ਬਾਰਡਰ 'ਤੇ ਸਿਹਤ ਵਿਗੜ ਗਈ ਅਤੇ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਅਚਾਨਕ ਮੌਤ ਹੋ ਗਈ ਇਸ ਮੌਕੇ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਕਿਸਾਨੀ ਸੰਘਰਸ਼ ਦੌਰਾਨ ਕੁੰਡਲੀ ਬਾਰਡਰ 'ਤੇ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰ ਰਹੇ ਸਨ ਅਤੇ ਬੀਤੀ ਰਾਤ ਉਹਨਾਂ ਦੀ ਸਿਹਤ ਵਿਗੜ ਗਈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਜਥੇ ਦੇ ਨਾਲ ਕੁੰਡਲੀ ਬਾਰਡਰ 'ਤੇ ਉੱਥੇ ਕੱਲ੍ਹ ਇਹਨਾਂ ਨੂੰ ਕੋਈ ਥੋੜ੍ਹੀ ਬਹੁਤੀ ਪ੍ਰੋਬਲਮ ਆਈ ਆ ਜਥੇਬੰਦੀ ਉੱਥੋਂ ਲੈ ਕੇ ਇਹਨਾਂ ਨੂੰ ਲਾਗੇ ਹੋਸਪਿਟਲ ਖੜਿਆ ਜੀ ਉਸ ਤੋਂ ਬਾਅਦ 'ਚ ਇਹਨਾਂ ਨੇ ਸਾਨੂੰ ਕਾਲ ਕੀਤੀ ਆ ਅਸੀਂ ਕਿਹਾ ਵੀ ਸਾਡੇ ਕੋਲ ਵੱਡੇ ਹਸਪਤਾਲ 'ਚ ਇਲਾਜ ਨਹੀਂ ਹੋਣਾ ਅਸੀਂ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ ਫਿਰ ਉੱਥੋਂ ਇੱਥੇ ਲੈਣ ਦਾ ਜੀ ਜਿੱਥੇ ਸਾਡੇ ਕੋਈ ਆਪਣੇ ਰਿਲੇਟਿਵ ਜੀ ਉਸ ਹੋਸਪਿਟਲ ਆਪਾਂ ਕੋਈ ਨਾਲੇ ਜੀ ਇੱਥੋਂ ਇਹਨਾਂ ਸਵੇਰੇ ਇਹਨਾਂ ਦੀ 7 ਵਜੇ ਡੈਥ ਹੋ ਗਈ ਜੀ ਕੀ ਮੰਗ ਕਰਦੇ ਜੀ ਮੰਗ ਉਹ ਜਥੇਬੰਦੀ ਜੀ ਦਾ ਸਾਥੀ ਨਾਲ ਨੇ ਅਸੀਂ ਜਥੇਬੰਦੀ ਵੱਲੋਂ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਸਾਡਾ ਬਾਕੀ ਪਰਿਵਾਰ ਜਿਹੜੇ ਉੱਥੇ ਸਿੰਘ ਸ਼ਹੀਦ ਹੋਏ ਆ ਉਹਨਾਂ ਨੂੰ ਮਿਲਦੀ ਹੈ ਉਹ ਸਾਡੇ ਪਰਿਵਾਰ ਨੂੰ ਦਿੱਤੀ ਜਾਵੇ ਮਸਲਾ ਇਹ ਹੈ ਜੀ ਗੁਰਮੁਖ ਸਿੰਘ ਪੁੱਤਰ ਮਨਜੀਤ ਸਿੰਘ ਕੌਮ ਜੱਟ ਵਾਸੀ ਛਾਟਾ ਨੇ ਅੱਜ ਮਿਤੀ 10/12/21 ਨੂੰ ਹਾਜ਼ਰ ਆ ਕੇ ਕਿਹਾ ਕਿ ਮੇਰਾ ਪਿਤਾ ਮਨਜੀਤ ਸਿੰਘ ਜੀ ਜੋ ਕੁੰਡਲੀ ਬਾਰਡਰ ਦਿੱਲੀ ਕਿਸਾਨ ਸੰਘਰਸ਼ 'ਚ ਗਿਆ ਸੀ ਜਿਸ ਦੀ ਸਿਹਤ ਖਰਾਬ ਹੋ ਗਈ ਸੀ ਸਿਹਤ ਖਰਾਬ ਹੋਣ ਕਾਰਨ ਐਂਬੂਲੈਂਸ ਰਾਹੀਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਉਸ ਨੂੰ ਸੀ ਜੌਨ ਹੋਸਪਿਟਲ ਅਜਨਾਲਾ ਦਾਖਲ ਕਰਾਇਆ ਸੀ ਜਿਸ ਦੀ ਅੱਜ ਮਿਤੀ 10/12/21 ਨੂੰ ਹਾਰਟ ਅਟੈਕ ਹੋਣ ਕਰਕੇ ਮੌਤ ਹੋ ਗਈ ਆ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਅਤੇ ਨਾ ਹੀ ਇਹਨਾਂ ਨੂੰ ਕਿਸੇ 'ਤੇ ਸ਼ੱਕ ਆ ਕਾਰਵਾਈ ਜਿਹੜੀ 174 CRPC ਦੇ ਅਮਲ ਵਿੱਚ ਲਿਆਂਦੀ ਜਾ ਰਹੀ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਸ਼੍ਰੀ ਠਾਕੁਰ ਦੁਆਰਾ ਗਊਸ਼ਾਲਾ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ ਹਥਿਆਰਬੰਦ ਵਿਅਕਤੀਆਂ ਦੀ ਕੁੱਟਮਾਰ ਦਾ ਸ਼ਿਕਾਰ ਹੋਈਆਂ 6 ਗਾਵਾਂ ਜ਼ਖਮਾਂ ਦੀ ਤਾਬ ਨਾ ਸਹਾਰਦੀਆਂ ਹੋਈਆਂ ਦਮ ਤੋੜ ਗਈਆਂ ਜਿਸ ਦੇ ਰੋਸ ਵਜੋਂ ਸ਼ੁੱਕਰਵਾਰ ਸ਼ਾਮ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਗਊਸ਼ਾਲਾ ਵਿਖੇ ਇਕੱਠੇ ਹੋਏ ਅਤੇ ਰੋਸ ਪ੍ਰਗਟ ਕੀਤਾ ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ ਨੇ ਦੱਸਿਆ ਕਿ ਹਰ ਸਾਲ ਇਹਨਾਂ ਦਿਨਾਂ 'ਚ ਬਾਬਾ ਬਕਾਲਾ ਤੋਂ ਨਿਹੰਗ ਸਿੰਘ ਹਜ਼ਾਰਾਂ ਗਾਵਾਂ ਦਾ ਹਜੂਮ ਲੈ ਕੇ ਸ਼ਾਹਕੋਟ ਵੱਲ ਆਉਂਦੇ ਹਨ ਉਹਨਾਂ ਦੱਸਿਆ ਕਿ ਬੀਤੀ 8 ਦਸੰਬਰ ਨੂੰ ਦੁਪਹਿਰ ਕਰੀਬ 1:30 ਵਜੇ ਨਿਹੰਗ ਸਿੰਘ ਗਾਵਾਂ ਲੈ ਕੇ ਜਦ ਗਊਸ਼ਾਲਾ ਵੱਲੋਂ ਲੰਘ ਰਹੇ ਸਨ ਤਾਂ ਉਹਨਾਂ ਵਿੱਚੋਂ 10-15 ਨਿਹੰਗ ਸਿੰਘ ਧੱਕੇ ਨਾਲ ਗਊਸ਼ਾਲਾ ਅੰਦਰ ਦਾਖਲ ਹੋਏ ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਗਾਵਾਂ 'ਤੇ ਹਥਿਆਰਾਂ ਦੇ ਨਾਲ ਵਾਰ ਕੀਤੇ ਤਾਂ ਕੁਝ ਗਾਵਾਂ ਤਾਂ ਡਰਦੀਆਂ ਉਹਨਾਂ ਨਾਲ ਚੱਲੀਆਂ ਗਈਆਂ ਪਰ ਜੋ ਗਾਵਾਂ ਗਊਸ਼ਾਲਾ ਤੋਂ ਬਾਹਰ ਨਹੀਂ ਜਾ ਰਹੀਆਂ ਸਨ ਉਹਨਾਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਨ ਕਰਕੇ ਉਹਨਾਂ ਦੀ ਮੌਤ ਹੋ ਗਈ
ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਨਿਹੰਗ ਸਿੰਘਾਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਐਤਵਾਰ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ DSP ਸ਼ਾਹਕੋਟ ਸ਼ਮਸ਼ੀਰ ਸਿੰਘ ਸ਼ੇਰਗਿੱਲ ਅਤੇ ਡਿਊਟੀ ਅਫਸਰ ਸਬ ਇੰਸਪੈਕਟਰ ਅਮਨਦੀਪ ਕੌਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸ਼ਹਿਰ ਵਾਸੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਜੀ ਪ੍ਰਧਾਨ ਜੀ, 8 ਤਰੀਕ ਨੂੰ ਦੁਪਹਿਰ ਨੂੰ ਮੈਨੂੰ ਗਊਸ਼ਾਲਾ ਤੋਂ ਫੋਨ ਬੱਚਿਆਂ ਨੇ ਕੀਤਾ, ਕਹਿੰਦੇ ਅੰਕਲ ਜੀ ਨਿਹੰਗ ਆ ਗਿਆ ਅਤੇ ਗਾਈਆਂ ਬਾਹਰ ਕੱਢਦੇ ਆ। ਉਸੇ ਟਾਈਮ ਮੈਂ ਸਕੂਟਰ ਲੈ ਕੇ ਆ ਗਿਆ ਇੱਥੇ। ਜਦ ਮੈਂ ਆਇਆ ਇੱਥੇ ਆ ਕੇ ਦੇਖਿਆ ਵੀ ਉਹ ਲੰਮੀਆਂ 6-6 ਫੁੱਟ ਦੀਆਂ ਡਾਂਗਾਂ ਨਾਲ ਕੁੱਟਣ ਡਏ ਸੀ। ਮੈਂ ਫੋਨ ਬਹੁਤ ਲਾਏ, ਬਰਛੇ ਲਈ ਸੀ, ਡਾਂਗਾ ਵੀ ਸੀ ਅਤੇ ਬਹੁਤ ਕੁੱਟਦੇ ਸੀ, ਦੇਖ ਨਹੀਂ ਹੁੰਦਾ ਸੀ। ਮੈਂ ਉਹਨੂੰ ਬੇਨਤੀ ਕੀਤੀ ਤੁਸੀਂ ਸ਼ੱਕ ਮੈਨੂੰ ਤੁਸੀਂ ਮਾਰੋ, ਇਹਨੂੰ ਨਾ ਮਾਰੋ। ਬਹੁਤ ਮੈਂ ਤਾਂ ਰੋਣ ਲੱਗ ਪਿਆ, ਬਹੁਤ ਕੁਛ ਕਿਹਾ ਉਹਨੂੰ, ਨਹੀਂ ਉਹ ਮੰਨੇ। ਫਿਰ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨੇ ਫੋਨ ਨਹੀਂ ਚੱਕਿਆ। ਫਿਰ ਮੈਂ ਅਮਨ ਮਲਹੋਤਰੇ ਨੂੰ ਫੋਨ ਕੀਤਾ ਵੀ ਕਾਕਾ ਮੇਰੀ ਫੋਨ ਨਹੀਂ ਚੱਕਦੇ, ਰੋਂਦੇ ਨੇ, ਕਹਿੰਦਾ ਡੈਡੀ ਰੋਂਦੇ ਕਿਉਂ, ਮੇਰੇ ਪੁੱਤ ਆ ਗੱਲ ਹੋਈ ਆ। ਅਤੇ ਉਹਨੇ ਉਹ ਪੁਲਿਸ ਨੂੰ ਫੋਨ ਕੀਤਾ, ਫਿਰ ਪੁਲਿਸ ਦੇ 2 ਬੰਦੇ ਆਏ, ਪੁਲਿਸ ਦੇ ਸਾਹਮਣੇ ਵੀ ਉਹ ਡਾਂਗਾ ਮਾਰਦੇ ਸੀ। ਉਸ ਕਿੰਨੇ ਕੁ ਬੰਦੇ ਸੀ? ਬੰਦੇ 10-12 ਸੀਗੇ ਜੀ। ਅੱਛਾ ਜੀ, ਅਤੇ ਕੀ ਉਹਨਾਂ ਨੇ ਕੀ ਕੀਤਾ ਜੀ? ਕੀਤਾ ਇੱਥੇ ਆ ਕੇ ਜੀ, ਸਾਡੇ ਵੱਡੇ ਹਾਲ ਦਾ ਦਰਵਾਜ਼ਾ ਖੋਲ੍ਹ ਲਿਆ ਅਤੇ ਉਹ ਗਾਈਆਂ ਬਾਹਰ ਕੱਢਣ ਲੱਗ ਪਏ, ਹੈ ਜੀ। ਅਤੇ ਕੁਛ ਉਹ ਗਾਈਆਂ ਲੈ ਗਏ ਅਤੇ ਕੁਛ ਜਿਹੜੀਆਂ ਗਾਈਆਂ ਜਾਂਦੀਆਂ ਨਹੀਂ ਸੀ ਬਾਹਰ, ਅਤੇ ਇਹ ਬੜੇ ਜਬਰਾਂ ਉੱਧਰੋਂ ਆਉਂਦੇ ਗਾਈਆਂ ਐਨੂੰ ਆਉਂਦੀ ਸੀ, ਉੱਧਰੋਂ ਆਉਣ ਜਾਂਦੀਆਂ ਸੀ ਅਤੇ ਉਹ ਗਾਈਆਂ ਜਾਂਦੀਆਂ ਨਹੀਂ ਸੀ, ਪਰ ਉਹ ਧੱਕੇ ਨਾਲ ਬਹੁਤ ਕੋਸ਼ਿਸ਼ ਕਰਦੇ ਨਹੀਂ ਗਈਆਂ, ਜਿਹੜੀਆਂ ਚਲੇ ਗਈਆਂ ਗਈਆਂ ਜ਼ਰੂਰ ਹੈ, ਇਹ ਅਸੀਂ ਨਹੀਂ ਕਹਿ ਸਕਦੇ ਕਿੰਨੀਆਂ ਗਈਆਂ। ਅਤੇ 6 ਗਾਈਆਂ ਮਰੀਆਂ ਸਾਡੀਆਂ, ਜਿਹਚੋਂ 4 ਅਸੀਂ ਚੁਕਾ ਅਤੇ 2 ਉੱਥੇ ਅੰਦਰ ਪਈਆਂ ਵਾ। ਹਾਂਜੀ, ਅਤੇ ਬਾਕੀ ਇਹ ਗਾਈਆਂ ਜਿਹੜੀਆਂ ਸੀ ਤਾਂ ਇਹਦੇ ਨਾਲ 8-10 ਗਾਈਆਂ ਅਤੇ ਗੋਹੇ ਡਿੱਪ ਗਈਆਂ ਪਾਣੀ ਦੇ ਵਿੱਚ, ਉਹ ਬਾਅਦ 'ਚ ਕੱਢੀਆਂ। ਅਤੇ ਹਾਂਜੀ, ਗਾਈਆਂ ਦਾ ਜਿਹੜਾ ਸਾਰੀ ਰਾਤ ਕਰੋ ਕੰਬਦੀਆਂ ਰਹੀਆਂ। ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਜੀ? ਅਸੀਂ ਮੰਗ ਇਹ ਕਰਦੇ ਹਾਂ ਵੀ ਇਹਦਾ ਨਾ ਪਰਚਾ ਕੀਤਾ ਜਾਵੇ, ਬੰਦੇ ਫੜੇ ਜਾਣ ਅਤੇ ਗਊ ਹੱਤਿਆ ਦਾ ਪਰਚਾ ਹੋਵੇ, ਜਿਹੜੇ ਬਾਈਆਂ ਸਾਡੀਆਂ ਗਈਆਂ ਸਾਨੂੰ ਵਾਪਸ ਦੇਣ, ਕਰਾ ਕੇ ਦੇਣ। ਅਤੇ ਬਾਕੀ ਜੋ ਸ਼ਹਿਰ ਦਾ ਸਾਰਾ ਫੈਸਲਾ ਨੇ ਇਹ ਕੀਤਾ ਵੀ ਜੇ ਇਹਨਾਂ ਨੇ 2 ਦਿਨ ਨਾ ਪੁਲਿਸ ਵਾਲਿਆਂ ਨੇ ਇਹਦਾ ਐਕਸ਼ਨ ਕੋਈ ਲਿਆ ਅਤੇ ਸ਼ਹਿਰ ਬੰਦ ਕਰਾ ਕੇ ਜਾਮ ਲਾਵਾਂਗੇ ਜਾਵੇ। ਠੀਕ ਹੈ, ਜੇ ਇਹਨਾਂ ਨੇ ਨਾ ਕੋਈ ਪੁਲਿਸ ਵਾਲਿਆਂ ਨੇ ਕੀਤਾ ਤਾਂ ਅਸੀਂ ਸ਼ਹਿਰ ਸਾਰਾ ਬੰਦ ਕਰਾ ਕੇ ਤਾਂ ਅਸੀਂ ਉੱਥੇ ਠਹਿਣੇ ਮੂਹਰੇ ਬੈਠਾਂਗੇ, ਸਾਰਾ ਸ਼ਹਿਰ ਬੈਠਾਂਗੇ। ਅੱਜ ਕੱਲ੍ਹ ਸ਼ਨੀਵਾਰ ਹੈ, ਅੱਜ ਸ਼ਨੀਵਾਰ ਹੈ, ਐਤਵਾਰ ਤੇ ਕਿਸੇ ਸ਼ਨੀਵਾਰ ਸ਼ਾਮ ਤੱਕ ਨਹੀਂ ਕੀਤਾ ਅਤੇ ਅਸੀਂ ਐਤਵਾਰ ਨੂੰ ਬੰਦ ਕਰਕੇ ਸਾਰੇ ਉੱਥੇ ਬੈਠਾਂਗੇ। ਹਾਂਜੀ ਸਰ, ਸ਼ਹਿਰ ਵਾਲੇ ਸਾਰੇ ਇਕੱਠੇ ਨੇ, ਕੀ ਮਾਮਲਾ ਹੈਗਾ ਜੀ? ਇਹ ਜੀ ਬੜੇ ਨਾ ਠਾਕੁਰ ਦੁਆਰਾ ਬੜੀ ਸਤਿਕਾਰਤ ਗਊਸ਼ਾਲਾ ਹੈਗੀ ਜੀ ਇੱਥੇ ਸ਼ਾਹਕੋਟ ਦੇ ਵਿੱਚ। ਇੱਥੇ ਜਿਹੜੀਆਂ ਗਊਆਂ ਦੀ ਸੇਵਾ ਕੀਤੀ ਜਾਂਦੀ ਆ ਤਾਂ ਕੁਛ ਬੰਦੇ ਜਿਹੜੇ ਨਿਹੰਗ ਸਿੰਘਾਂ ਦਾ ਬਾਣਾ ਸੀਗਾ ਉਹਨਾਂ ਦਾ, ਉਹ ਆਪਣਾ ਵੱਗ ਵੀ ਲੈ ਕੇ ਆਏ ਇੱਥੇ, ਨਾਲੇ ਉਹ ਦੂਸਰਾ ਇੱਥੋਂ ਕੁਛ ਗਊਆਂ ਲੈ ਗਏ ਹੈਗੇ ਆ। ਕੁਛ ਗਊਆਂ ਨਾਲ ਦੱਸਣ ਮੁਤਾਬਕ ਵੀ ਕੁੱਟਮਾਰ ਹੋਈ ਆ ਅਤੇ ਕਹਿੰਦੇ 6 ਗਊਆਂ ਦੀ ਡੈਥ ਹੋ ਗਈ, 4 ਤਾਂ ਇਹਨਾਂ ਨੇ ਡਿਸਪੋਜ਼ਲ ਕਰਤੀ, ਦਬਾਤੀਆਂ ਸੀ। ਹੁਣ 2 ਗਊਆਂ ਅਸੀਂ ਦੇਖ ਕੇ ਆਏ ਜਿਹੜੀ ਉੱਥੇ ਗਊਆਂ 2 ਮਰੀਆਂ ਪਈਆਂ ਹੈਗੀਆਂ, ਅਤੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰਕੇ ਜੋ ਓਫੈਂਸ ਬਣਦਾ ਕੇਸ ਰਜਿਸਟਰ ਕਰਕੇ ਜਿਹੜੀ ਕਾਰਵਾਈ ਕੀਤੀ ਜਾਊਗੀ, ਉਹ ਆਲਰੇਡੀ ਪੁਲਿਸ ਕਾਰਵਾਈ ਕਰ ਰਹੀ ਹੈ। ਠੀਕ ਹੈ। ਅਤੇ ਸਰ, ਇਹ ਆਪਣੇ ਇਹ ਗਾਉਂ ਵਾਲੇ ਆਏ ਕਿੱਥੋਂ ਸੀ, ਕੁਝ ਪਤਾ ਜੀ ਤੁਹਾਨੂੰ? ਇਹ ਐਕਚੁਅਲੀ ਜਿਹੜਾ ਨਾ ਜੀ, ਇਹ ਸਾਰੇ ਪੰਜਾਬ 'ਚ ਹੀ ਘੁੰਮਦੇ ਰਹਿੰਦੇ, ਇਹ ਬਾਬਾ ਬਕਾਲਾ ਤੋਂ ਪਤਾ ਲੱਗਿਆ ਸੀ ਵੀ ਉੱਧਰ ਆਉਂਦੇ ਜੀ, ਅਤੇ ਕਈ ਥਾਂ 'ਤੇ ਅੱਗੇ ਵੀ ਬੈਠਦੇ ਆ, ਥੋੜ੍ਹੀ ਇਹਨਾਂ ਦੀ ਟ੍ਰੈਫਿਕ ਉੱਤੇ ਹੋਰ ਅੱਗੇ ਵੀ ਥੋੜ੍ਹੀ ਸ਼ਿਕਾਇਤ ਸੀਗੀ, ਅਤੇ ਹੁਣ ਜਿਹੜੇ ਕੈਮਰੇ ਵਗੈਰਾ ਦੇ ਵਿੱਚ ਸਾਰੀ ਉਹ ਪਛਾਣ ਜਾਣੀ ਕਿਹੜੇ ਕਿਹੜੇ ਬੰਦੇ ਆ, ਕਿਉਂਕਿ ਸਾਰੇ ਕੈਮਰੇ ਲੱਗੇ ਹੋਏ ਸ਼ਹਿਰ 'ਚ, ਅਤੇ ਜਿਹੜੀ ਇਹਦੇ ਜੋ ਬਣਦੀ ਕਾਰਵਾਈ ਉਹ ਕਰਦੇ। ਆਟੋ ਚਾਲਕਾਂ ਵੱਲੋਂ ਅੱਜ ਲੁਧਿਆਣਾ ਦੇ ਜਗਰਾਓਂ ਪੁਲ 'ਤੇ ਚੰਨੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦੇ ਹੋਏ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਆਟੋ ਚਾਲਕਾਂ ਵੱਲੋਂ ਜਿੱਥੇ ਚੰਨੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਆਉਣ ਵਾਲੇ ਟਾਈਮ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਪ੍ਰਦਰਸ਼ਨ ਕਰ ਰਹੇ ਆਟੋ ਚਾਲਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਦਿਨੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਟੋ ਚਾਲਕਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਗੱਲ ਕਹੀ ਗਈ ਸੀ। ਉਹਨਾਂ ਕਿਹਾ ਸੀ ਕਿ ਆਟੋ ਉੱਤੇ ਮੁੱਖ ਮੰਤਰੀ ਦੇ ਸਟਿੱਕਰ ਲੱਗ ਜਾਣਗੇ ਤਾਂ ਉਹਨਾਂ ਨੂੰ ਕੋਈ ਟ੍ਰੈਫਿਕ ਪੁਲਿਸ ਦਾ ਅਧਿਕਾਰੀ ਰੋਕੇਗਾ ਨਹੀਂ ਅਤੇ ਨਾ ਹੀ ਉਹਨਾਂ ਦੇ ਚਲਾਨ ਕੀਤੇ ਜਾਣਗੇ। ਪਰ ਅੱਜ ਹਰ ਥਾਂ ਉਹਨਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਸਾਡਾ ਸਿਰਫ ਮੁੱਦਾ ਹੈਗਾ ਚਲਾਨਾਂ ਦਾ, ਕਿਹੜੇ ਚਲਾਨਾਂ ਦਾ ਐਲਾਨ ਕੀਤਾ, 1 ਰੁਪਈਆ ਪਰ ਚਲਾਨ ਦੇ ਹਿਸਾਬ ਨਾਲ ਸਾਡੇ ਚਲਾਨ ਭੁਗਤੇ ਜਾਣਗੇ। ਅਸੀਂ ਉਸੇ ਚੀਜ਼ ਨੂੰ ਹੀ ਮੱਦੇਨਜ਼ਰ ਰੱਖ ਕੇ ਅਸੀਂ ਆ ਕੇ ਸਭ ਕੋਲ ਕੱਲ੍ਹ ਗਏ ਸੀ, ਸਾਡੀ ਉਹਨਾਂ ਨੇ 1-1.5 ਵਜੇ ਮੀਟਿੰਗ ਰੱਖੀ, ਉਹਨਾਂ ਨੇ ਸਾਨੂੰ ਸਾਫ਼ ਜਵਾਬ ਦਿੱਤਾ ਵੀ ਮੈਂ ਇਹ ਚਲਾਨ ਭੁਗਤ ਨਹੀਂ ਸਕਦਾ, ਤੁਹਾਨੂੰ 1 ਰੁਪਏ 'ਚ ਛੱਡ ਨਹੀਂ ਸਕਦਾ। ਤਾਂ ਮੈਂ ਕਿਹਾ ਜੀ ਤੁਸੀਂ ਐਲਾਨ ਕਿਉਂ ਕਰਵਾਇਆ ਪਹਿਲੇ, ਕਿਉਂਕਿ ਆਰ ਟੀ ਆਈ ਸਾਹਿਬ ਨੇ ਐਲਾਨ ਕਰਾ ਦੀ, ਇਸ ਕਰਕੇ ਅਸੀਂ ਇੱਥੇ ਅੱਜ ਬੈਠੇ ਹਾਂ। ਅਸੀਂ ਸਾਨੂੰ ਸਵਾਸ਼ਨ ਦਿੱਤਾ ਗਿਆ ਵੀ ਤੁਸੀਂ ਅੱਜ ਦਾ ਦਿਨ ਰੁਕੋ, ਕੱਲ੍ਹ ਤੱਕ ਤੁਹਾਡਾ ਮਸਲਾ ਹੱਲ ਹੋ ਜੂਗਾ, ਜੇ ਸਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ ਅਸੀਂ ਪੂਰਾ ਲੁਧਿਆਣਾ ਜਾਮ ਕਰਨਾ। ਮੁੱਖ ਮੰਤਰੀ ਸਾਹਿਬ ਜਿਹੜੇ ਚਰਨਜੀਤ ਸਿੰਘ ਚੰਨੀ, ਅਸੀਂ ਵਾਰ ਵਾਰ ਕਹਿੰਦੇ ਐਲਾਨ ਮੰਤਰੀ ਬਣ ਗਏ ਆ ਵੀ ਝੂਠੇ ਵਾਅਦੇ
ਆਟੋ ਯੂਨੀਅਨ ਕੋਲੋਂ ਲੁਧਿਆਣੇ ਖੁਦ ਚੱਲ ਕੇ ਆਏ ਨਾਲ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਸੀਗੇ ਇਹਨਾਂ ਦੇ ਮੰਤਰੀ ਸੰਤਰੀ ਸਭ ਸੀਗੇ ਆ ਕੇ ਇਹਨਾਂ ਨੇ ਖੁਦ ਆ ਕੇ ਅਨਾਊਂਸਮੈਂਟ ਕਰਤੀ ਵੀ 1 ਰੁਪਏ ਦੇ ਵਿੱਚ ਚਲਾਨ ਖਤਮ 1 ਰੁਪਏ ਦੇ ਵਿੱਚ ਬਾਉਂਡ ਗੱਡੀਆਂ ਛੱਡ ਦਿੱਤੀਆਂ ਜਾਣਗੀਆਂ ਬਗੈਰ ਲਾਇਸੈਂਸ ਤੋਂ ਗੱਡੀਆਂ ਚਲਾਓ ਤਾਂ ਵੀ ਤੁਹਾਨੂੰ ਕੋਈ ਨਹੀਂ ਰੋਕੇਗਾ ਮੇਰਾ ਇੱਕ ਕਾਗਜ਼ ਲਾ ਲਈਓ ਉੱਤੇ ਅਤੇ ਨਾਲ ਕਹਿਤਾ ਵੀ ਜਿਹੜੀਆਂ ਜਗ੍ਹਾ ਖਾਲੀ ਪਈਆਂ ਸਰਕਾਰੀ ਜਗ੍ਹਾ ਹੈਗੀਆਂ ਸਾਰੀਆਂ ਤੁਹਾਡੀਆਂ ਚਾਹੇ ਰੇਹੜੀ ਫੜੀ ਹੈ ਅਤੇ ਚਾਹੇ ਆਟੋ ਵਾਲੇ ਆ ਅਤੇ ਤੈਅ ਬਜ਼ਾਰੀ ਵਾਲੇ ਆ ਕੇ 3-4 ਦਿਨ ਤੋਂ ਲਗਾਤਾਰ ਸਮਾਨ ਚੱਕ ਰਹੇ ਦੁਕਾਨਦਾਰ ਵਿਰੋਧ ਕਰ ਰਿਹਾ ਅਤੇ ਆਟੋ ਯੂਨੀਅਨ ਜਿਹਨਾਂ ਨੂੰ ਧੋਖਾ ਦਿੱਤਾ ਸੀ ਅਤੇ ਅੱਜ ਉਹ ਜਦੋਂ ਆਟੋ ਕੋ ਜਾਂਦੇ ਆਟੋ ਕਹਿੰਦੇ ਸਾਡੇ ਕੋਲ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਹ ਕੀ ਚੱਲ ਰਿਹਾ ਇਹਦਾ ਮਤਲਬ ਧੋਖੇ ਵਾਲੀ ਅਸੀਂ ਵਾਰ ਵਾਰ ਦੇਖੋ ਮੈਂ ਅਕਾਲੀ ਦਲ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ ਹਾਂ ਵਾਰ ਵਾਰ ਸਾਡੇ ਤੇ ਲੋਕ ਤੁਹਮਤ ਲਾਉਂਦੇ ਆ ਵੀ ਇਹ ਵਿਰੋਧ ਕਰਦੇ ਆ ਫਿਰ ਹੁਣ ਆਟੋ ਯੂਨੀਅਨ ਵਾਲੇ ਨਹੀਂ ਇਹ ਆਟੋ ਯੂਨੀਅਨ ਵਾਲੇ ਸੜਕਾਂ 'ਤੇ ਬੈਠਣ ਨੂੰ ਮਜਬੂਰ ਨਹੀਂ ਇਹਨਾਂ ਦੀਆਂ ਕਿਸ਼ਤਾਂ ਜਿਹੜੀਆਂ ਲੋਕਡਾਊਨ ਦੇ ਵਿੱਚ ਸੀ ਉਹਨਾਂ 'ਤੇ ਵਿਆਜ ਨਹੀਂ ਚੜਾਇਆ ਗਿਆ ਉਹਨਾਂ ਦਾ ਧੋਖਾ ਨਹੀਂ ਦਿੱਤਾ ਗਿਆ ਇਹ ਧੋਖੇ ਵਾਲੀ ਸਰਕਾਰ ਹੈ 24 DSP ਸਾਹਿਬ ਧਰਮਪਾਲ ਜੀ ਆਏ ਉਹਨਾਂ ਨੇ ਆ ਕੇ 24 ਘੰਟੇ ਦਾ ਆਸ਼ਵਾਸਨ ਦਿੱਤਾ ਵੀ 24 ਘੰਟੇ 'ਚ ਇਹਨਾਂ ਦਾ ਹੱਲ ਕਰ ਦਿੱਤਾ ਜਾਊਗਾ ਜੇ 24 ਘੰਟੇ 'ਚ ਹੱਲ ਨਹੀਂ ਹੋਊਗਾ ਜੋ ਲਖਵਿੰਦਰ ਸਿੰਘ ਢਿੱਲੋਂ ਜੀ ਪ੍ਰਧਾਨ ਸਾਹਿਬ ਹੈ ਓਮ ਪ੍ਰਕਾਸ਼ ਜੀ ਆ ਚਰਨਪ੍ਰੀਤ ਸਿੰਘ ਜਿੰਨੇ ਵੀ ਮੋਹਤਵਾਰ ਬੰਦੇ ਇੱਥੇ ਆਏ ਆ ਲੋੜਵੰਦ ਬੰਦੇ ਆਏ ਆ ਉਹਨਾਂ ਦੇ ਨਾਲ ਜੋ ਕਹਿਣਗੇ ਅਸੀਂ ਉਹਨਾਂ ਦੇ ਨਾਲ ਪੈਰਾ ਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਉਦੋਂ ਆਪਣਾ ਭਾਸ਼ਣ ਵਿਚਕਾਰ ਛੱਡਣਾ ਪਿਆ ਜਦ ਉਹਨਾਂ ਦੇ ਬੋਲਣ ਦੇ ਨਾਲ ਹੀ ਰੈਲੀ 'ਚੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ ਹਾਲਾਂਕਿ ਬਾਅਦ ਵਿੱਚ ਉਹਨਾਂ ਦਾ ਭਾਸ਼ਣ ਕੁਝ ਸਮੇਂ ਬਾਅਦ ਦੁਬਾਰਾ ਸ਼ੁਰੂ ਕਰਵਾਇਆ ਗਿਆ ਜਦ ਹੀ ਰੈਲੀ ਵਿੱਚ ਨਾਅਰੇ ਲੱਗਣੇ ਸ਼ੁਰੂ ਹੋਏ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਮੁਰਦਾਬਾਦ ਦੇ ਨਾਅਰੇ ਲਗਾਉਣ ਵਾਲੇ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਮੂੰਹਾਂ 'ਤੇ ਹੱਥ ਰੱਖ ਕੇ ਉਹਨਾਂ ਨੂੰ ਬੱਸਾਂ 'ਚ ਭਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਕਈਆਂ 'ਤੇ ਪੁਲਿਸ ਦੀਆਂ ਡਾਂਗਾਂ ਵੀ ਵਰੀਆਂ ਕੀ ਨਾਮ ਹੈ ਤੁਹਾਡਾ ਮੈਂ ਮੇਰਾ ਨਾਮ ਜੀਤ ਕਰਾਂਗਣਾ ਜੀ ਮੈਂ BED ਯੂਨੀਅਨ ਦਾ ਇੱਕ ਕੈਂਡੀਡੇਟ ਹੈਗਾ ਅਤੇ ਸਾਡੀਆਂ ਮੰਗਾਂ ਪੂਰੇ 5 ਸਾਲਾਂ ਤੋਂ ਅਸੀਂ ਨਾ ਮੰਗਾਂ ਮੰਗ ਰਹੇ ਹਾਂਗੇ ਵੀ ਸਾਡੀਆਂ SST ਦੀਆਂ ਪੰਜਾਬੀ ਦੀਆਂ ਅਤੇ ਇਹ ਹਿੰਦੀ ਦੀਆਂ 9000 ਪੋਸਟਾਂ ਲਾਗੂ ਕੀਤੀਆਂ ਹਨ ਪਿਛਲੇ ਸਾਲਾਂ ਤੋਂ ਜੇ ਸਾਨੂੰ ਹਰ ਵਾਰ ਮੀਟਿੰਗ ਦਿੱਤੀ ਗਿਆ ਤਾਂ ਉਹਦੇ ਵਿੱਚ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਾਡੇ ਮੀਟਿੰਗ ਦਾ ਪਰ ਹਰ ਵਾਰੀ ਲਾਰਾ ਲਾਇਆ ਗਿਆ ਅਸੀਂ ਅੱਜ ਮਾਨਸਾ ਦੇ ਵਿੱਚ ਮੁੱਖ ਮੰਤਰੀ ਆਏ ਸੀ ਚੰਨੀ ਸਾਹਿਬ ਜਿਹਨਾਂ ਨੂੰ ਕਹਿੰਦੇ ਨੇ ਵੀ ਘਰ ਘਰ ਨੌਕਰੀ ਦੇਵਾਂਗੇ ਪਰ ਸਾਨੂੰ ਕੋਈ ਵੀ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੁਣ ਚੰਨੀ ਜਿੱਥੇ ਵੀ ਜਾਊਗਾ ਅਸੀਂ BED ਯੂਨੀਅਨ ਪੂਰੇ ਜੱਜ ਕੇ ਵਿਰੋਧ ਕਰਾਂਗੇ ਜਿੱਥੇ ਵੀ ਜਾਊਗਾ ਤਾਂ ਅਸੀਂ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਨਾ ਹੁੰਦਾ ਹਿੰਦੀ ਪੰਜਾਬੀ SST ਦੀਆਂ 9000 ਪੋਸਟਾਂ ਦਾ ਜਾਰੀ ਨਹੀਂ ਹੁੰਦਾ ਅਸੀਂ ਉਹ ਤਾਂ ਵਿਰੋਧ ਹੀ ਖਾਂਦੇ ਰਹਾਂਗੇ ਅੱਜ ਵੀ ਸਾਡੇ ਡਾਂਗਾਂ ਪਈਆਂ ਨੇ ਬਹੁਤ ਕੁਛ ਹੋਇਆ ਸਾਡੇ ਨਾਲ ਅਤੇ ਆਪਣੀਆਂ ਕੁੜੀਆਂ ਦੀਆਂ ਬਾਹਾਂ ਧੱਕਾਮੁੱਕੀ ਹੋਈ ਆ ਉਹਨਾਂ ਨਾਲ ਬੈਰੀਕੇਡ ਤੋੜੇ ਗਏ ਨੇ ਚਾਹੇ ਪੰਜਾਬ ਸਾਡੀ ਪੰਜਾਬ ਪੁਲਿਸ ਨੇ ਵੀ ਸਾਡੇ ਨਾਲ ਬਹੁਤ ਧੱਕਾਮੁੱਕੀ ਕੀਤੀ ਹੈਗੀ ਤਾਂ ਉਸ ਕਰਕੇ ਅਸੀਂ ਕਹਿਣਗੇ ਵੀ ਚੰਨੀ ਜਿੱਥੇ ਵੀ ਜਾਊਗਾ ਅਸੀਂ ਵਿਰੋਧ ਜੱਚ ਕੇ ਕਰਾਂਗੇ ਅਤੇ ਕਰਦੇ ਰਹਾਂਗੇ ਡਾਂਗਾਂ ਵੀ ਖਾਵਾਂਗੇ ਅਤੇ ਜਿੰਨਾ ਚਿਰ ਸਾਨੂੰ ਨੌਕਰੀ ਨਹੀਂ ਮਿਲਦੀ ਬਠਿੰਡਾ ਵਿਖੇ ਨਰਸਿੰਗ ਸਟਾਫ ਸਰਕਾਰੀ ਰਜਿੰਦਰਾ ਕਾਲਜ ਦੇ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰ ਅਤੇ PRTC ਦੇ ਕੱਚੇ ਕਾਮੇ ਲਗਾਤਾਰ ਹੜਤਾਲ 'ਤੇ ਬੈਠੇ ਹੋਏ ਹਨ ਅੱਜ ਨਰਸਿੰਗ ਸਟਾਫ ਦੇ ਵਰਕਰ ਪੰਜਾਬ ਸਰਕਾਰ ਦੇ ਖਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਰਜਿੰਦਰਾ ਕਾਲਜ ਦੇ ਗੇਟ ਮੂਹਰੇ ਪਹੁੰਚੇ ਅਤੇ ਉਹਨਾਂ ਨੇ ਗੈਸਟ ਫੈਕਲਿਟੀ ਸਹਾਇਕ ਪ੍ਰੋਫੈਸਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਕਿਹਾ ਕਿ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਫਰਮਾਨ ਜਿਹੜੇ ਆ ਉਹ ਕੁਛ ਵੀ ਕਰੀ ਜਾਣ ਫਰਮਾਨ ਤਾਂ ਇਹ ਵੀ ਆਇਆ ਸੀ ਵੀ ਅਸੀਂ ਤੁਹਾਡੇ 'ਤੇ ਕੇਸ ਦਰਜ ਕਰਾਂਗੇ ਜਿਹੜੇ ਬੰਦੇ ਇੱਥੋਂ ਦੀ ਆਪਦੀ ਮੰਗ ਵਾਸਤੇ ਜਾਂਦੇ ਆ ਉਹ ਤਾਂ ਪਹਿਲਾਂ ਹੀ ਪੀੜਤ ਹੈ ਬੇਸ਼ੱਕ ਦੀ ਤੁਸੀਂ ਉਹਦੇ 'ਤੇ ਕੇਸ ਦਰਜ ਕਰ ਲਓ ਬੇਸ਼ੱਕ ਦੀ ਨਾ ਕਰੋ ਉਹਨਾਂ ਦੇ ਤਾਂ ਵੈਸੇ ਹੀ ਦਰਜ ਨੇ ਕੇਸ ਕੁਦਰਤੀ ਰੂਪ 'ਚ ਹੀ ਦਰਜ ਹੋ ਗਏ ਜਦੋਂ ਉਹਨਾਂ ਨੂੰ ਆਪਦੇ ਬੱਚੇ ਪਾਲਣੇ ਔਖੇ ਹੋਏ ਪਏ ਆ ਉਹਨਾਂ ਨੂੰ ਆਪਦੇ ਜਵਾਕਾਂ ਦੀ ਫੀਸ ਭਰਨੀ ਔਖੀ ਹੋਈ ਪਈ ਆ ਉਹਨਾਂ ਨੂੰ ਦੁੱਧ ਦੇ ਬਿੱਲ ਤਾਰਨੇ ਔਖੇ ਹੋਏ ਪਏ ਆ ਉਹਨਾਂ ਨੂੰ ਆਪਦੇ ਘਰਾਂ ਦੇ ਕਿਰਾਏ ਦੇਣੇ ਔਖੇ ਹੋਏ ਪਏ ਆ ਉਹਨਾਂ ਨੂੰ ਹੋਰ ਸਹੂਲਤਾਂ ਵਾਸਤੇ ਦਰ ਦਰ ਠੋਕਰਾਂ ਖਾਣੀਆਂ ਪੈਂਦੀਆਂ ਨੇ ਉਹ ਤਾਂ ਪਹਿਲਾਂ ਹੀ ਔਖੇ ਆ ਉਹਨਾਂ ਨੂੰ ਜਿੰਨਾ ਮਰਜ਼ੀ ਨਪੀੜ ਲਓ ਤੁਸੀਂ ਜਿੰਨਾ ਤੁਸੀਂ ਨਪੀੜੀ ਜਾਓਗੇ ਉਹਨਾਂ ਜ਼ਿਆਦਾ ਲੋਕਾਂ ਦਾ ਅਗਰੋਸ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ਼ ਭੁਗਤੂਗਾ ਔਰ ਲੋਕ ਹੁਣ ਇਹ ਗੱਲ ਸਮਝਣ ਲੱਗ ਗਏ ਨੇ ਕਿ ਜਿਹੜੇ ਇਕੱਠੇ ਹੋਇਆਂ ਤੋਂ ਬਿਨਾਂ ਜਾਂ ਇੱਕ ਫਰੰਟ 'ਤੇ ਇਕੱਠੇ ਹੋਇਆਂ ਤੋਂ ਬਿਨਾਂ ਇਹ ਜਿਹੜੇ ਮਸਲੇ ਆ ਹੱਲ ਨਹੀਂ ਕਰਨੇ ਸਰਕਾਰ ਮਸਲੇ ਹੱਲ ਕਰਨ ਦੇ ਰੌਂ 'ਚ ਨਹੀਂ ਹੈਗੀ ਜਿਹੜੀ ਸਰਕਾਰ ਆ ਉਹ ਕਾਰਪੋਰੇਟਾਂ ਤੋਂ ਪੂੰਜੀ ਹਾਸਲ ਕਰਕੇ ਉਹਦੇ ਆਧਾਰ 'ਤੇ ਵੋਟਾਂ ਲੜਦੀ ਹੈ ਉਹ ਵੋਟਾਂ ਦੇ ਫਿਰ ਖਮਿਆਜ਼ੇ ਦੇ ਵਜੋਂ ਜਿੱਤ ਉਹਨਾਂ ਦੀ ਪੂੰਜੀ ਦੇ ਖਮਿਆਜ਼ੇ ਦੇ ਵਜੋਂ ਉਹਨਾਂ ਨੂੰ ਮੁਨਾਫੇ ਜਿਹੜੇ ਆ ਉਹਨਾਂ ਦੇ ਵੱਡੇ ਗੱਫੇ ਦਿੰਦੇ ਆ ਸੋ ਇਸ ਕਰਕੇ ਲੋਕਾਂ ਨੇ ਕਾਰਪੋਰੇਟ 'ਤੇ ਜਿਹੜੀ ਸਰਕਾਰ ਆ ਉਹਨਾਂ ਦੀ ਭਾਈਵਾਲੀ ਜਿਹੜੀ ਆ ਉਹਨੂੰ ਦੇਖ ਲਿਆ ਉਹਨੂੰ ਸਮਝ ਲਿਆ ਸੋ ਇਸ ਕਰਕੇ ਹੁਣ ਲੋਕ ਇਹ ਗੱਲਾਂ ਬਰਦਾਸ਼ਤ ਨਹੀਂ ਕਰਨਗੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ ਕੱਲ੍ਹ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV
अज मैं इतिहास श्रोमणी अकाली दल दी सोवे वरे गंढ दे मौके ते उना घटनावां नूं आप सब दे रूबरू लेके आया हां, जिना सदके मैं एक गौरवमय इतिहास बनया। जो बोले जान जांदी है तो जाए, असी अकाली हां, असी अपने सिंघां नूं लंगर छका के ही तोरांगे। बोले सो निहाल सत्री अकाल। इंडस्ट्री की डेवलपमेंट वो यही है कि
जो किसान की फसल है, कोई भी चीज पैदा करता है, उसकी पैरिटी होनी चाहिए। Indira Gandhi, ruler of the world's largest democracy, shot down by two of her own bodyguards. ਦਖਮ ਨਾਸੂਰ ਬਣ ਕੇ ਇਤਿਹਾਸ ਦੇ ਪੰਨਿਆਂ ਵਿੱਚ ਸੁਲਗਦੇ ਰਹਿ ਜਾਂਦੇ ਨੇ। ਉਹਨਾਂ ਜ਼ਖਮਾਂ ਤੇ ਮਲਮ ਲਾਉਣ ਲਈ ਅਤੇ ਉਹਨਾਂ ਜ਼ਖਮਾਂ ਦਾ ਹਿਸਾਬ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਇਨਸਾਫ ਦੀ ਇੱਕ ਆਵਾਜ਼ ਬਣਿਆ। ਮੈਂ ਧੰਨਵਾਦੀ ਹਾਂ ਸਰਕਾਰ ਦੀ ਸ਼ਗਨ ਸਕੀਮ ਦੀ।
ਅਸੀਂ ਸੋਚਦੇ ਸੀ ਕਿ ਨੇਤਾ ਸਾਰੇ ਝੂਠੇ ਵਾਅਦੇ ਕਰਦੇ ਆ, ਪਰ ਅਕਾਲੀ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ। ਜਿੱਥੇ ਹਰ ਦਮ ਧੁੱਪ ਹਨੇਰਾ ਸੀ, ਕਹਿਰਾ ਦੀ ਗਰਮੀ ਪੈਂਦੀ, ਅੱਜ ਕੁੱਲ ਪੰਜਾਬ 'ਚ ਬਿਜਲੀ ਪੂਰੇ 24 ਘੰਟੇ ਰਹਿੰਦੀ। ਦਾਦਾ ਜੀ, ਮੈਂ ਤਾਂ ਸੁਣਿਆ ਸੀ ਕਿ ਪੰਜਾਬ ਵਿੱਚ ਪਾਵਰ ਕੱਟ ਲੱਗਿਆ ਰਹਿੰਦਾ, ਫਿਰ ਤੁਸੀਂ ਆਪਣਾ ਮੋਬਾਈਲ ਚਾਰਜ ਕਿਵੇਂ ਕਰਦੇ ਹੋ? ਪੁੱਤਰਾ, ਉਹ ਜਮਾਨੇ ਗਏ, ਹੁਣ ਅਕਾਲੀਆਂ ਦੀ ਸਰਕਾਰ ਹੈ, ਬਿਜਲੀ 24 ਘੰਟੇ ਰਹਿੰਦੀ ਹੈ। ਓ ਵਾਓ, ਫਿਰ ਤਾਂ ਮੈਂ ਇਸ ਵਾਰ ਦੀ ਛੁੱਟੀਆਂ 'ਚ ਪੰਜਾਬ ਹੀ ਆਵਾਂਗਾ। ਬਿਜਲੀ ਪਾਣੀ ਮੁਫਤ ਮਾਲੀਆ, ਮਾਫ ਕਿਸਾਨ ਦਾ ਕੀਤਾ, ਪਿੰਡਾਂ ਵਿੱਚ ਖੇਡ ਕਲੱਪਾ ਦਾ ਸਰਕਾਰ ਫੈਸਲਾ ਲੀਤਾ, ਸਰਕਾਰ ਫੈਸਲਾ ਲੀਤਾ ਸੀ। ਟੂਰਨਾਮੈਂਟ ਕਰਾਏ ਗਏ, ਕਈ ਬਾਹਰ ਦੇ ਮੁਲਕ ਬੁਲਾਏ ਗਏ, ਸੀ ਵੱਖਰੀ ਸ਼ਾਨ ਕਬੱਡੀ ਦੀ ਮੇਲਾ ਸੀ ਬਾਹੂਬਲ ਦਾ। ਪੰਜਾਬ ਦੀ ਜਵਾਨੀ ਜੋ ਨਸ਼ਿਆਂ ਵੱਲ ਵੱਧ ਰਹੀ ਸੀ, ਹੁਣ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ ਰਹੀ ਹੈ, ਜਿਸ ਦਾ ਕਾਰਨ ਹੈ ਵਿਸ਼ਵ ਪੱਧਰ ਦੇ ਸਟੇਡੀਅਮ, ਜੋ ਕਿ ਅਕਾਲੀ ਸਰਕਾਰ ਵੱਲੋਂ ਸਾਡੇ ਖਿਡਾਰੀਆਂ ਨੂੰ ਮੁਹੱਈਆ ਕਰਵਾਏ ਗਏ। ਸਭ ਯੋਧੇ ਅਮਰ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ, ਸਭ ਧਰਮ ਸਥਾਨਾਂ ਦੀ ਸੇਵਾ ਲਈ ਅੱਖੀਆਂ ਸਦਾ ਬਿਛਾਈਆਂ, ਅੱਖੀਆਂ ਸਦਾ ਬਿਛਾਈਆਂ। ਹੇ ਰਾਮ ਤੀਰਥ ਦੁਰਗਾਣਾ ਮੰਦਿਰ, ਹਰ ਮੰਦਰ ਗਲਿਆਰਾ, ਅੱਜ ਹਿੰਦੂ ਮੁਸਲਿਮ ਸਿੱਖ ਈਸਾਈ ਸਾਂਝਾ ਭਾਈ, ਅੱਜ ਸੜਕਾਂ ਨੇ ਕਿਤੇ ਨਹਿਰਾਂ ਨੇ, ਹਰ ਪਾਸੇ ਲਹਿਰਾਂ ਮਹਿਰਾਂ ਨੇ, ਅੱਜ ਸੜਕਾਂ ਨੇ ਕਿਤੇ ਨਹਿਰਾਂ ਨੇ, ਹਰ ਪਾਸੇ ਲਹਿਰਾਂ ਮਹਿਰਾਂ ਨੇ। ਹਾਂ, ਬਣ ਜਾ ਹਵਾਈ ਅੱਡੇ ਗਏ, ਨਕਸ਼ਾ ਹੈ ਅੱਜ ਕੱਲ ਦਾ, ਮੈਂ ਆਪਣੇ ਮੂੰਹੋਂ ਬੋਲ ਰਿਹਾ ਇਤਿਹਾਸ ਅਕਾਲੀ ਦਲ ਦਾ। ਇਹ ਹੈ ਪੰਜਾਬ, ਆਜ਼ਾਦੀ ਤੋਂ ਬਾਅਦ ਪੰਜਾਬ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਂ ਇਤਿਹਾਸ ਗਵਾਹ ਹਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਉਹਨਾਂ ਅਣਥੱਕ ਉਪਰਾਲਿਆਂ ਦਾ, ਜਿਨ੍ਹਾਂ ਸਦਕੇ ਪੰਜਾਬ ਉੱਨਤ ਅਤੇ ਖੁਸ਼ਹਾਲ ਪ੍ਰਦੇਸ਼ ਬਣਿਆ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।